मनसा पूर्ण शर्मा जोग, जो कर पाया सोई होग। अंध रूप मंगल सद जाके, सर्व थोक सुनिए करता के। राज महराज, राज महराज जोग में जोगी, तप में तपीशर, गृहस्थ में भोगी। त्याय त्याय भगते सुख पाया, त्याय त्याय भगते सुख पाया। नानक तिस पुरख का किने अंत ना पाया, अंत न पावत देव सवे। उन इंद्र महा शिव जोग करी, वेद ग्रंच बचार रहो, हर जाप न छो एक करी। बिरला कोई जानदा तू है बे अंत स्वामी, सच्चे पातशाह दा दरबार सजे। संध्या समय सोदर रहरास जी दे जाप आरती, सब ते उत्तम हर की कथा,
ਨਾਮ ਸੁਨਤ ਦਰਦ ਦੁੱਖ ਲਥਾ। ਪਾਤਸ਼ਾਹ ਕਹਿੰਦੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾਂ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰਿੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ। ਜਿਸ ਵੇਲੇ ਆਪ ਸੰਗਤਾਂ ਹਰ ਰੋਜ਼ ਗੁਰਬਾਣੀ ਦੀ ਕਥਾ ਸਰਵਣ ਕਰਦੇ ਹੋ, ਵਿਚਾਰ ਕਰਨ ਦੇ ਨਾਲ, ਵਿਚਾਰ ਸਰਵਣ ਕਰਨ ਦੇ ਨਾਲ ਇਨਸਾਨ ਦੀ ਜਿਹੜੀ ਅਵਸਥਾ ਹੈ ਉਹ ਉੱਚੀ ਹੁੰਦੀ ਜਾਂਦੀ ਹੈ। ਮਹਾਰਾਜ ਕਹਿੰਦੇ ਗੁਰਦੁਆਰਾ ਸਾਹਿਬ ਆ ਕੇ ਕਰਨਾ ਕੀ ਹੈ, ਕੀ ਕਰਨਾ ਇੱਥੇ ਆ ਕੇ? ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਜਦ ਬਾਣੀ ਦਾ ਕੀਰਤਨ ਹੁੰਦਾ ਤੂੰ ਨਾਲ ਬਾਣੀ ਗਾਇਨ ਕਰਿਆ ਕਰ। ਜਦ ਤੂੰ ਬਾਣੀ ਗਾਵੇਂਗਾ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ, ਜਿਨ੍ਹਾਂ 'ਤੇ ਨਦਰ ਹੋ ਜਾਂਦੀ ਹੈ, ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾਂ ਸਮਾਣੀ, ਉਹਨਾਂ ਦੇ ਹਿਰਦੇ ਦੇ ਅੰਦਰ ਬਾਣੀ ਕਰ ਕਰ ਜਾਂਦੀ ਹੈ। ਜਿਸ ਵੇਲੇ ਇਨਸਾਨ, ਜਦ ਅਸੀਂ ਸੰਸਾਰ ਦੀਆਂ ਗੱਲਾਂ ਦਾ ਅਭਿਆਸ ਕਰਦੇ ਹਾਂ, ਉਹੋ ਜਿਹੇ ਖਿਆਲਾਤ ਬਣ ਜਾਂਦੇ ਨੇ। ਜਦ ਅਸੀਂ ਕੋਈ ਗੁਰੂ ਕੀ ਬਾਣੀ ਦਾ ਜਾਪ ਕਰਦੇ ਹਾਂ, ਇਤਿਹਾਸ ਪੜ੍ਹਦੇ ਹਾਂ, ਉਹੋ ਜਿਹੇ ਖਿਆਲ ਬਣ ਜਾਂਦੇ ਨੇ। ਮਹਾਰਾਜ ਕਹਿੰਦੇ ਜਦ ਹਿਰਦੇ 'ਚ ਵੱਸ ਜਾਏਗੀ ਨਾ ਗੱਲ ਤੇਰੇ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾਂ ਸਮਾਣੀ, ਫਿਰ ਕੀ ਹੋਵੇਗਾ? ਤੇਰੇ ਅੰਦਰ, ਇਨਸਾਨ ਦੇ ਅੰਦਰ ਵੀ ਅੰਮ੍ਰਿਤ ਹੈ। ਤਿੰਨ ਕਿਸਮ ਦਾ ਅੰਮ੍ਰਿਤ ਹੈ, ਸੰਸਕਾਰ ਅੰਮ੍ਰਿਤ, ਨਾਮ ਅੰਮ੍ਰਿਤ ਅਤੇ ਬ੍ਰਹਮ ਗਿਆਨ ਅੰਮ੍ਰਿਤ। ਬਾਬਾ ਦੀਪ ਸਿੰਘ ਜੀ ਮਹਾਰਾਜ, ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ 'ਤੇ ਬੈਠੇ ਹਾਂ, ਕਿਹੜੀ ਸ਼ਕਤੀ ਸੀ, ਕਿਹੜੀ ਤਾਕਤ ਸੀ, ਐਂ ਸੀਸ ਤਲੀ 'ਤੇ ਧਰ ਕੇ ਲੈ ਗਏ। ਕਿਹੜੀ ਤਾਕਤ ਸੀ? ਮਹਾਰਾਜ ਕਹਿੰਦੇ ਪੰਜ ਪਿਆਰੇ ਸਹਿਬਾਨ ਤੋਂ ਅੰਮ੍ਰਿਤ ਛਕਣਾ, ਉਦੋਂ ਬਾਅਦ ਨਿਤਨੇਮੀ ਬਣਨਾ, ਔਰ ਸੰਸਕਾਰ ਅੰਮ੍ਰਿਤ ਅਤੇ ਫਿਰ ਨਾਮ ਅੰਮ੍ਰਿਤ, ਨਾਮ ਜਪਣੇ ਬਹਿ ਕੇ ਸ਼ਬਦ ਦਾ ਵਿਆਸ ਕਰਨਾ, ਜ਼ਿੰਦਗੀ ਲੰਘ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ ਕਿਹੜੇ ਸ਼ਬਦ ਦਾ ਅਭਿਆਸ ਕਰਨਾ। ਸਾਡਾ ਗੁਰੂ 'ਤੇ ਵਿਸ਼ਵਾਸ ਹੀ ਨਹੀਂ ਰਿਹਾ, ਅਸੀਂ ਬੇਵਿਸ਼ਵਾਸੀ ਹੋ ਗਏ। ਮਹਾਰਾਜ ਕਹਿੰਦੇ ਉਦੋਂ ਬਾਅਦ ਜਦ ਤੂੰ ਨਾਮ ਦਾ ਅਭਿਆਸ ਕਰੇਗਾ, ਨਾਮ ਅੰਮ੍ਰਿਤ ਨੂੰ ਪੀਵੇਂਗਾ, ਫਿਰ ਇਹਦੇ ਅੰਦਰੋਂ ਬ੍ਰਹਮ ਗਿਆਨ ਰੂਪੀ ਅੰਮ੍ਰਿਤ ਪੈਦਾ ਹੋ ਜਾਏਗਾ। ਔਰ ਐਸਾ ਅੰਮ੍ਰਿਤ ਫਿਰ ਗੁਰਮੁਖ ਆਨੰਦ ਮਾਣਦੇ ਨੇ। ਮਹਾਰਾਜ ਕਹਿੰਦੇ ਪੀਵੋ ਅੰਮ੍ਰਿਤ, ਫਿਰ ਕੀ ਹੋਵੇਗਾ? ਅੰਮ੍ਰਿਤ ਨੂੰ ਪੀ ਕੇ ਸਦਾ ਰਹੋ ਹਰ ਰੰਗ, ਫਿਰ ਤੈਨੂੰ ਸੰਸਾਰ ਦੇ ਰੰਗ ਨਹੀਂ ਚੰਗੇ ਲੱਗਣੇ, ਇਹ ਰੰਗ ਸਾਰੇ ਤੇਰੇ ਤੋਂ ਉੱਤਰ ਜਾਣਗੇ। ਪੀਵੋ ਅੰਮ੍ਰਿਤ, ਸਦਾ ਰਹੋ ਹਰ ਰੰਗ, ਜਪਿਹੋ ਸਾਰਿੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ। ਤੂੰ ਬਾਣੀ ਗਾਇਆ ਕਰ। ਜਿਨ੍ਹਾਂ ਨੇ ਬਾਣੀ ਨੂੰ ਗਾਇਆ, ਔਰ ਜੇ ਤੂੰ ਸਿਮਰਨ ਨਹੀਂ ਕਰਦਾ, ਬਾਣੀ ਨਹੀਂ ਪੜ੍ਹਦਾ, ਸੰਸਾਰ ਦੀਆਂ ਗੱਲਾਂ ਬਾਤਾਂ, ਕੋਈ ਮਿੱਤਰ ਆ ਜਾਂਦਾ ਹੈ ਵਿਦੇਸ਼ 'ਚੋਂ, ਦੇਸ਼ 'ਚੋਂ, ਪੰਜ ਪੰਜ ਛੇ ਛੇ ਘੰਟੇ ਬੈਠੇ ਰਹਿੰਦੇ ਹਾਂ, ਪਰ ਜੇ ਸਿਮਰਨ ਕਰਨਾ ਪੈ ਜੇ, ਬਾਣੀ ਪੜ੍ਹਨੀ ਪੈ ਜੇ, ਇਹ ਮਨ ਇੱਕ ਨਹੀਂ ਹਜ਼ਾਰ ਬਹਾਨੇ ਬਣਾ ਲੈਂਦਾ ਹੈ। ਕਿਉਂ? ਕਿਉਂਕਿ ਇਹਦਾ ਗੁਰੂ ਚਰਨਾਂ ਦੇ ਨਾਲ ਪ੍ਰੇਮ ਨਹੀਂ ਹੈ। ਜਿਨ੍ਹਾਂ ਦਾ ਪ੍ਰੇਮ ਬਣ ਗਿਆ, ਜਿਨ੍ਹਾਂ ਦੇ ਮਨ ਦਾ ਗੁਰੂ ਚਰਨਾਂ ਦੇ ਨਾਲ ਪ੍ਰੇਮ ਬਣ ਗਿਆ,
अज असी अमृत छकण नूं तैयार नहीं हाँ। धन गुरु गोबिंद सिंह महाराज उन्हां वर्गी कथा जिहड़ी उन्हां दे जीवन की कथा है, कैसे गुरसिख योधे पैदा कर दिते और साढ़े वास्ते अमृत लेके आया। सुर नर मुन जन अमृत खोज दे, जिस अमृत नूं सुर नर मुन जन खोजते फिरदे सी, वह अमृत धरती ते लियांदा साढ़े वास्ते। और आया कित्थों? अरशां चों आया, सचखंड चों आया। आहा, पींदा क्यों नहीं सिखा? इस अमृत नूं पीण वाले तां चरखड़ियां ते चढ़ गए। शब्द च बोलिया करो, ये जिहड़ा मलवई कीर्तन है ना, ये जे संगत नाम बोले तां रस नहीं बनदा। पहले हिस्से च दास सारे पाई बोलिया करो, तीसरे पासे बीबियां, रसना सफली हुंदी है जे मालक ने जवान दित्ती है। अरशां चों अमृत आया, कलगी तर आप ले आया। अरशां चों अमृत आया, कलगी तर आप ले आया। अरशां चों अमृत नूं पीवण वाले वेखे चरखड़ी चढ़दे। अमृत पीवण वाले अमृत नूं पीवण वाले बिना शीस तों लड़दे। इस अमृत नूं पीवण वाले बिना शीस तों लड़दे। तू पींदा क्यों नी? पीले 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 सिखा, तू पींदा क्यों नी? पीले 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 सिखा, तू पींदा क्यों नी? पीला पीला पीला।
ਇਹ ਬਾਣੀ ਸੱਚਖੰਡ ਦੇ ਅੰਦਰੋਂ ਆਈ ਹੈ। ਸਿੱਖਾ ਤੂੰ ਪੀਂਦਾ ਕਿਉਂ ਨਹੀਂ, ਪੀ ਲੈ ਪੀ ਲੈ ਪੀ ਲੈ, ਇਸ ਅੰਮ੍ਰਿਤ ਨੂੰ ਪੀਵਣ ਵਾਲੇ ਵੇਖੇ ਚਰਖੜੀ ਚੜ੍ਹਦੇ। ਜਿਨ੍ਹਾਂ ਨੇ ਅੰਮ੍ਰਿਤ ਪੀਤਾ ਨਾ, ਉਹ ਚਰਖੜੀਆਂ 'ਤੇ ਚੜ੍ਹ ਕੇ ਦੀਗੀਆਂ 'ਚ ਉਬਾਲੇ ਗਏ, ਕਿਉਂਕਿ ਸਰੀਰ ਦੇ ਨਾਲੋਂ ਕਨੈਕਸ਼ਨ ਹੀ ਟੁੱਟ ਗਿਆ ਉਹਨਾਂ ਦਾ। ਬਾਬਾ ਬੰਦਾ ਸਿੰਘ ਜੀ ਬਹਾਦਰ ਪਿੰਜਰੇ 'ਚ ਬੰਦ ਕੀਤੇ ਨੇ, ਬਾਦਸ਼ਾਹ ਫਰਕਸ਼ੀਅਰ ਕਹਿੰਦਾ ਮੈਨੂੰ ਪਤਾ ਤੂੰ ਮੇਰਾ ਕੁਛ ਵਿਗਾੜ ਨਹੀਂ ਸਕਦਾ, ਪਹਿਰਾ ਲੱਗਿਆ ਪਿੰਜਰੇ 'ਚ ਬੰਦ ਹੈ। ਬੰਦਾ ਸਿੰਘ ਬਹਾਦਰ ਇਹ ਦੱਸ ਵੀ ਮੈਨੂੰ ਫਿਰ ਵੀ ਤੇਰੇ ਤੋਂ ਡਰ ਕਿਉਂ ਲੱਗਦਾ, ਬੋਲੋ ਸਤਨਾਮ, ਮੈਨੂੰ ਤੇਰੇ ਤੋਂ ਡਰ ਕਿਉਂ ਲੱਗਦਾ, ਮੈਨੂੰ ਤੇਰੇ ਤੋਂ ਭੈ ਕਿਉਂ ਆਉਂਦਾ। ਕਹਿੰਦੇ ਬਾਦਸ਼ਾਹ ਫਰਕਸ਼ੀਅਰ, ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੰਮ੍ਰਿਤ ਪੀਤਾ ਹੈ, ਅਰ ਤੂੰ ਕਹਿੰਦਾ ਵੀ ਦੁੱਖ ਨਹੀਂ ਲੱਗਦਾ ਤੈਨੂੰ, ਕੋਈ ਜਮੂਰਾਂ ਨਾਲ ਮਾਸ ਖਿੱਚਿਆ ਗਿਆ। ਕਹਿੰਦੇ ਮੈਂ ਵੀ ਇਹ ਤਮਾਸ਼ਾ ਬਾਹਰ ਹੀ ਖੜ੍ਹਾ ਦੇਖ ਰਿਹਾ ਸੀ ਸਰੀਰ ਤੋਂ, ਮੈਂ ਤੇਰਾ ਜਵਾਬ ਦੇਣ ਵਾਸਤੇ ਸਰੀਰ 'ਚ ਆਇਆ। ਐਡਾ ਪਾਤਸ਼ਾਹ ਨੇ ਮਾਰਗ ਪੰਥ ਸਾਨੂੰ ਦਿੱਤਾ ਹੋਵੇ, ਹਰ ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾਂ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ, ਪੀਵੋ ਪਹੁਲ ਖੰਡ ਤਾਰ ਹੋਏ ਜਨਮ ਸਹੇਲਾ, ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ। ਪਰ ਅੱਜ ਦਾ ਸਿੱਖ ਸਿੰਘ ਬਣਨ ਨੂੰ ਤਿਆਰ ਨਹੀਂ ਹੈ, ਅੰਮ੍ਰਿਤ ਛਕਣ ਨੂੰ ਤਿਆਰ ਨਹੀਂ ਹੈ, ਜਿਸ ਅੰਮ੍ਰਿਤ ਦੇ ਬਦਲੇ ਮਹਾਰਾਜ ਕਹਿੰਦੇ ਅੰਮ੍ਰਿਤ ਛੱਕ ਕੇ ਸ਼ਬਦ ਦਾ ਅਭਿਆਸ ਕਰਿਆ ਕਰ, ਬਾਣੀ ਪੜ੍ਹਿਆ ਕਰ, ਫਿਰ ਕੀ ਹੋਵੇਗਾ, ਫਿਰ ਇਸ ਬੂਟੇ ਨੂੰ ਇਹ ਦਰਖਤ ਬਣ ਜਾਏਗਾ ਅਤੇ ਬ੍ਰਹਮ ਗਿਆਨ ਰੂਪੀ ਫਲ ਲੱਗ ਜਾਏਗਾ, ਬ੍ਰਹਮ ਗਿਆਨ ਰੂਪੀ, ਜੀ ਤੋਂ ਉੱਪਰ ਕੋਈ ਗਿਆਨ ਨਹੀਂ ਹੈ ਹੋਰ। ਕਿਹੋ ਜਿਹੀ ਮੰਜ਼ਿਲ ਹੈ? ਮਨ ਸਾਚਾ ਮੁੱਖ ਸਾਚਾ ਸੋਏ ਅਵਰ ਨਾ ਪਿੱਖ ਹੈ, ਏਕ ਸਬਿਨ ਕੋਏ ਨਾਨਕ ਇਹ ਲੱਛਣ, ਬ੍ਰਹਮ ਗਿਆਨੀ ਹੋਏ। ਬ੍ਰਹਮ ਰੱਬ ਹੈ ਤਾਂ ਸਾਡੇ ਸਾਰਿਆਂ ਦੇ ਅੰਦਰ ਹੀ, ਪਰ ਸਾਨੂੰ ਉਹਦਾ ਗਿਆਨ ਨਹੀਂ ਹੈ। ਭੀਖਾ ਜੀ ਇੱਕ ਫਕੀਰ ਹੋਏ ਨੇ, ਕਹਿੰਦੇ ਭੀਖਾ ਭੁੱਖਾ ਕੋ ਨਹੀਂ, ਸਭ ਕੀ ਗਠੜੀ ਲਾਲ, ਗਠੜੀ ਖੋਲ ਨਾ ਜਾਣਤੇ ਤਾਂ ਤੇ ਭਏ ਕੰਗਾਲ। ਇਹ ਬਾਹਰ ਹੀ ਫਿਰੀ ਜਾਂਦਾ, ਕਦੇ ਸੁਰਤ ਜੁੜੀ ਉਹ ਨਹੀਂ ਹੈ ਇਹਦੇ ਅੰਦਰ। ਮੁੰਡਲੀਏ ਦਰਵਾਜ਼ੇ ਬਾਜੀ ਵਾਲੇ ਅਨਹਦ ਬਾਜੇ, ਕਦੇ ਬੈਠਿਆ ਤਾਂ ਕਰਨਾ, 10-20 ਮਿੰਟ ਸਾਰੀ ਜ਼ਿੰਦਗੀ ਸੁਣਦਿਆਂ ਦੀ ਲੰਘ ਗਈ, ਪੁੰਨ ਤਾਂ ਹੈ ਸੁਣਨ ਦਾ। ਪ੍ਰੈਕਟੀਕਲ ਵੀ ਕਰ ਕੁਛ ਆਪਣੇ ਜੀਵਨ ਦੇ ਅੰਦਰ। ਗੁਰੂ ਦਸਮ ਪਾਤਸ਼ਾਹ ਮਹਾਰਾਜ ਪਟਨਾ ਸਾਹਿਬ ਦੀ ਧਰਤੀ 'ਤੇ ਅਵਤਾਰ ਲਿਆ, ਔਰ ਅਨੰਦਪੁਰ ਸਾਹਿਬ ਆਏ, ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ, ਫਿਰ ਇਹ ਤਿਆਰੀਆਂ ਖਾਲਸਾ ਪੰਥ ਸਾਜਣ ਦੀਆਂ, ਆਈ ਹਮੇ ਕਾਜ ਜਗਤ ਮੋਂ ਆਏ। ਇਹੀ ਕਾਜ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਮੈਂ ਜਗਤ 'ਤੇ ਆਇਆ। ਜਦ ਆਏ ਬਾਣੀ ਦਾ ਉਪਦੇਸ਼ ਬਾਰ ਬਾਰ ਮਹਾਰਾਜ ਦੇ ਰਹੇ ਨੇ, ਸਿੱਖੋ ਬਾਣੀ ਪੜ੍ਹਿਆ ਕਰੋ, ਜਿਹੜਾ ਇਸ ਬਾਣੀ ਦਾ ਜਾਪਕ ਹੈ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ, ਇਹ ਬਾਣੀ ਆਪਣੇ ਦੇਸ਼ ਨੂੰ ਲੈ ਜਾਂਦੀ ਹੈ। ਇਹ ਆਈ ਕਿੱਥੋਂ ਹੈ? ਆਹਾ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਏਮਨਾਬਾਦ ਦੇ ਅੰਦਰ ਆਖਿਆ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਵਿਲੋਂ ਤਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਇਹ ਬਾਣੀ ਆਈ ਕਿੱਥੋਂ ਹੈ? ਇਹ ਸੱਚਖੰਡ 'ਚੋਂ ਆਈ ਹੈ। ਅਰ ਜਿਹੜੇ ਇਸ ਬਾਣੀ ਦਾ ਅਭਿਆਸ ਕਰਦੇ ਨੇ, ਇਹ ਬਾਣੀ ਉਹਨਾਂ ਨੂੰ ਸੱਚਖੰਡ ਨੂੰ ਲੈ ਜਾਂਦੀ ਹੈ। ਹੁਣ ਅਸੀਂ ਸ਼ੰਕਿਆਂ ਦੇ ਭਰੇ ਪਏ ਹਾਂ ਵੀ ਅੱਖਰਾਂ 'ਚ ਕੀ ਤਾਕਤ ਹੈ। ਪ੍ਰੇਮੀਓ, 2 ਅੱਖਰ ਕਿਸੇ ਨੂੰ ਕੌੜੇ ਬੋਲ ਦਿਓ, ਉਹਦਾ ਸੀਨਾ ਤਪ ਜਾਂਦਾ ਹੈ। 2 ਅੱਖਰ ਕਿਸੇ ਨੂੰ ਪਿਆਰ ਨਾਲ ਬੋਲ ਲਓ, ਉਹਦੇ ਮਨ ਨੂੰ ਸ਼ਾਂਤੀ ਆ ਜਾਂਦੀ ਹੈ। ਲਿਖਿਆ ਹੀ ਰਹਿ ਗਿਆ ਕੰਧਾਂ 'ਤੇ, ਬਲੈਕ ਬੋਰਡਾਂ 'ਤੇ, ਸਕੂਲਾਂ 'ਚ, ਵੱਡਿਆਂ ਦਾ ਸਤਿਕਾਰ ਕਰੋ, ਛੋਟਿਆਂ ਨਾਲ ਪਿਆਰ ਕਰੋ।
जे बड़े का सत्कार करना है छोटे नाल प्यार करना है तो लड़ांगे किहदे नाल, गल ही मुक जाती है। झगड़ा एक नवेड़ो राम, पर तू सत्कार करना शुरू कर दे, कोई समा आ जाएगा वो मंजिल भी बन जाती है, वो अवस्था भी बन जाती है। सब गोविंद है, सब गोविंद है, सब गोविंद है, गोविंद बिन नहीं कोई। धन गुरु गोबिंद सिंह महाराज सजे ने एक साधु ने आके नमस्कार कीती और उन्हें खंभ लियांदे पंज सामने रख के नमस्कार कीती। महाराज कहिंदे आओ महात्मा लोको, कहिंदे महाराज जद जद भी तुसी संसार ते आउने हो मैं तुहाडे दर्शन करदा के। उन्होंने देवी देवते भी तरसते ने, उन्होंने पहाड़ों दियां कंदरां च मनीश्वर लोग तरसते ने कि गुरु गोबिंद सिंह महाराज आ जाण, सानू दर्शन हो जाण। क्यों? यह जे अवतारां दे दर्शन करन दे नाल ही तर जांदा इंसान इन्हां रूहां दे। महाराज कहिंदे उहदी सेवा कीती, बचन बलासों ने कुछ परमार्थ दे कीते समझ किसी नूं की लगने सी। महाराज कहिंदे प्रेमियो इहनूं छड्डिओ जाके, प्रेमी छड्डण चले गए। आके कहिंदे महाराज कौन सी साधु? महाराज कहिंदे इह ए साधु, आह ए साधु गुरु दशमेश पातशाह कहिंदे ब्रह्मा दा पुत्र नारद सी। पुछो ब्रह्मे नारदे वेद व्यासे कोए, कहिंदे गुरु तो बिना मुक्त नहीं होनी कदे। ब्रह्मा नूं पुछ लो, वेद व्यास नूं पुछ लो, नारद नूं पुछ लो, तू गुरु वाला क्यों नहीं बनता? जिस वेले कहिंदे महाराज ये की लियाया? महाराज कहिंदे एक खंभ ने हमां पंछी दे, पकड़ा दिओ भाई मिस्त्री नूं, ये तीरां दे नाल जड़ने ने, तीरां दे नाल वो खंभ जड़े गए। जद वो खंभ जड़ के आ गए महाराज कहिंदे खड़ जो भाई खालसा, आले दुआले जदों असीं ये तीर चलाइए तुसीं ये तीर वापस लियाउणे ने साडे कोले। रणजीत नगारा बजदा सी मूहरे, जदों रणजीत नगारा बजिया महाराज जंगल च चले गए, खालसा खड़ गया भी तीर लियाउणे ने। भीम चंद तो रणजीत नगारे की चोट चली नहीं गई है। रणजीत नगारा प्रीतम दा, बचदा जी रणजीत नगारा।
प्रीतम जद विच फौजां दे महाराज ने रणजीत नगारा आनंदपुर साहब बजाया और उहदी धमक औरंगजेब नूं नींद आउणों हट गई, बोलो सतनाम, सौ नहीं सकिया। उहदी नाले महाराज ने कहा कुछ नहीं, गुरु गोबिंद सिंह महाराज लड़न नहीं गए किसी नाल, जिहड़ा आया उहदा ही जवाब दिता है। महाराज ने वो तीर चलाए, सिंह देखते ने वो तीर थले नहीं डिगे, वो तीर उपर ही उपर जाई जाते ने, आकाश वल नू जाई जाते ने, वापस आ गए सिंह। महाराज कहिंदे सिंघो तीर भाई, कहिंदे पातशाह तीर जां तां किसी दे लगदा जां थले डिग पैंदा, ये तीर ना तां लग्गिया किसी दे ना ये थले डिगया, ये तां तीर आकाश वल नू जांदे जांदे सानू दिसणों हट गए। महाराज कहिंदे प्रेमियों अगे तां कदे एकण तीर आकाश नू गए नहीं, ये क्यों गए? कहिंदे महाराज तुसीं ही दसो। महाराज कहिंदे जिहड़े खंभ सी ना, ये हमां पंछी दे खंभ सी, ये आकाश विच रहिंदा है, और जिहड़ी चीज़ जिवें धरती दे अंदर खिच है आकाश च भी खिच है, जिहड़ी चीज़ इन्हां तीरां दे नाल जड़दी है ये आकाश नूं लै जांदे ने। महाराज कहिंदे इसी तरह तुसीं पुछदे सी ना भी ज़्यादा कहिंदे हो महाराज इन्नी बाणी पढ़न नूं क्यों बार बार कही जाने हो, इन्ना सिमरन करन नूं क्यों कही जाने हो? महाराज कहिंदे जिवें खंभ बिकंदड़े जे लहां, किन्ना सावी तोल तन जड़ाई अपने लहां सजन टोल, जे किते मन ने जाप करना शुरू कर दिता मन सुता पिया, मन जागया नहीं है, जाग ले हो रे मना जाग ले हो, कहां गाफल सोया जो तन उपजो संग सी तै पी, मन किते जाग पवे सतगुरु की कृपा द्वारा। महाराज कहिंदे जिवें एक खंभ तीरां नूं लै गए आकाश नूं ना, ये खंभ तां आकाश चों आए हुए सी, पर ये जिहड़ी बाणी है ये गुरु नानक पातशाह सचखंड चों लैके आए ने। जिहड़ा इस बाणी नूं जपण लग जांदा है प्रेमियो, मरण की की गल है, वो तां ज्यौंदे जी सचखंड देख लैंदे ने। जिमें खंभ तीरां लै गए पानी लै जू अपने देश, जप गुर नाओ नेत्री सतगुर देखना
ਕਿਸਕੜਾ ਸਰਮਣੀ ਸੁਣਾ ਗੁਰਨਾਓ ਸਤਿਗੁਰ ਛੇਤੀ ਰਤਿਆ ਦਰਗੇ ਪਾਈਆ ਕਾਓ ਅੰਤਰ ਗੁਰੂ ਅਰਾਧਣਾ ਮਹਾਰਾਜ ਕਹਿੰਦੇ ਅੰਤਰ ਗੁਰੂ ਅਰਾਧਣਾ ਤੂੰ ਆਪਦੇ ਅੰਦਰ ਤੇਰੇ ਸਵਾਸ ਗ੍ਰਾਸ ਕਿਤੇ ਜਾਪ ਚੱਲ ਪਏ ਜਿਹਵਾ ਜਪ ਗੁਰਨਾਓ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤਿਆ ਦਰਗੈ ਪਾਈਆ ਠਾਓ। ਮਹਾਰਾਜ ਕਹਿਣ ਲੱਗੇ ਇੰਨੀ ਬਾਣੀ ਪੜਿਆ ਕਰੋ ਸਿੱਖੋ, ਇੰਨਾ ਅਭਿਆਸ ਕਰਿਆ ਕਰੋ, ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹ ਭਾਈ ਮੁਦਾਤੜੀ ਨੇ ਤਹਿਰ ਦੇ ਰੱਖਾਂ ਸੰਭਾਲ, ਕੋਈ ਬੁਰਾ ਦਿਸੇ ਹੀ ਨਾ, ਦੂਜਾ ਕਾਹੇ ਸਿਮਰੀਏ, ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਏ, ਦੂਜਾ ਕਾਹੇ ਸਿਮਰੀਏ ਜੰਮੇ ਅਤੇ ਮਰ ਜਾਏ। ਧੰਨ ਗੁਰੂ ਨਾਨਕ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜਨ ਦਾ ਯਤਨ ਕਰੀਏ, ਫਿਰ ਕੀ ਮਿਲੇਗਾ? ਇਸ ਸਰੀਰ ਨੂੰ ਛੱਡ ਕੇ ਅੱਗੇ ਵੀ ਕੋਈ ਲੋਕ ਹੈ? ਕਈ ਕਹਿੰਦੇ ਨੇ ਕੁਛ ਨਹੀਂ ਹੈ, ਆਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਮਰ ਗਿਆ ਸਰ ਗਿਆ। ਨਹੀਂ ਨਹੀਂ ਪ੍ਰੇਮੀਓ, ਜਿਸ ਗੁਰੂ ਨੂੰ ਨਮਸਕਾਰਾਂ ਕਰਦਿਆਂ ਜਿਸ ਗੁਰੂ ਦੀ ਬਾਣੀ ਪੜ੍ਹਦਿਆਂ ਉਹ ਕਹਿੰਦੇ ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ। ਤੇਰਾ ਲੇਖਾ ਹੋਣਾ ਸਰਨਾ ਨਹੀਂ ਹੈ। ਜੇ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਚ ਲਏ ਉਹਦੀ ਚਾਪੜ ਤੋਂ ਨਹੀਂ ਬਚ ਸਕਦਾ, ਜੇ ਨਾ ਬੰਦਗੀ ਕੀਤੀ ਜਮਾਂ ਨੇ ਆ ਜਾਣਾ। ਰੱਬ ਲੇਖਾ ਮੰਗਦਾ ਏ ਜਿੰਦੜੀਏ ਜਪ ਕੇ ਹਿਸਾਬ ਮੁਕਾ ਲੈ, ਲੇਖਾ ਮੰਗਦਾ ਏ ਜਿੰਦੜੀਏ ਜਪ ਕੇ ਹਿਸਾਬ ਜਪ ਕੇ ਹਸਾਬ ਮੁਕਾ ਲੈ, ਰੱਬ ਲੇਖਾ ਮੰਗਦਾ ਏ ਜਿੰਦੜੀਏ ਜਪ ਕੇ ਹਸਾਬ।
कहिंदे सही करके मन्नियो इस गल नूं, इस संसार ते रहना नहीं, जिथे अगे जाना है उत्थे प्रेमियों नाम चलदा, ये नामा नहीं चलदा है, नाले किसे दे नाल जांदा ही नहीं, इत्थों कुछ कर्म जांदे ने नाल, शुभ कर्म करिया करिए, सुख दिया करिए किसे नूं, सतगुरु सच्चे पातशाह कृपा करन। फिर कल तो समय जिहड़ा आप संगतां नूं पता है लाहा लिया करिए, होर भी प्रेमियों नूं दस के परमेश्वर दे नाम दा सतसंग दा लाहा है। कलदास ने बेनती की सी भी जे बहुता नहीं बैठिया जाता 15 मिंट बैठिया करिए, सो आप जरूर परमेश्वर दे नाम दा सिमरन करिया करिए। किन्ने सिमरन दे फायदे ने, सिमरो सिमर सिमर सुख पावो, कल कलेश तन माही मिटावो, सिमरो जास बिसंत अरेकै, नाम जपत अगनत अनेकै, वेद प्राण सिमर सुधाकर कीनै, राम नाम एक आखर किनका एक, जिस जीवा सावै तां की महिमा, कांखी एक है दर्श त्यारो, नानक कुन संग मोहे अदारो। परमेश्वर दा जिन्होंने नाम जपया उन्होंने किड़िया किड़िया उच्च मंजिलां प्राप्त हुई ने। आओ हुण आनंद साहिब दे जाप, सतगुरु सच्चे पातशाह कृपा करन, कल फिर आइए और लाह प्राप्त करिए। रामकली महला तीजा, आनंद एक ओंकार, सतगुर प्रसाद आनंद पया मेरी माए, सतगुरु मैं पाया, सतगुर रतन परवार परियां, शब्द गावने आईयां, कहे नानक आनंद हुआ, सतगुरु मैं पाया, रहो तू मन मेरे दुख सब विसारना, सबना गला समरथ स्वामी, सो क्यों मनो विसारे, नहीं करते रे करता तेरे सब किम है दिते जो बात, सदा चित्त सलाह तेरी नाम मन बसावे, नाम जिन के मन बसया बसे सब तकनेरे, कहे नानक सच्चे साहिब क्या नहीं कर तेरे सच्चा, सच नाम आधार मेरा दिन सुखा सब गवाया, कर शांत सुख मन आए बसिया, जिन इच्छा सब पुजाइया, पाके शब्द वाजे कला जित कर तारियां, बच तूल तूल मत कीते काल कंठ कमाया, तुर कर्म पाया तुर जिन को ते नाम हर के लागे, कहे नानक तै सुख हुआ तित कर अनहद वाजे, आनंद सुनो बड़ पागी हो सगल मनोरथ पूरे, पार ब्रह्म प्रभु पाया, दुख रोग संताप उतरे तुम्हें सच्ची वाणी, संत साजन पे सर से
पनीत कहते पवित सत गुर रहे पर पूरे पवन गुरु पानी पिता माता तरत महत दिव शिरात दोए ताई ताया इले सगल जगत चंगे आईया बुरे आईया वाचे नानक ते मुख उजले केती छुट्टी नाल वाहिगुरु जी का खालसा वाहिगुरु जी की फतेह फतेह वाहिगुरु जी का खालसा वाहिगुरु जी की फतेह फतेह तू ठाकर तुम पहर सब तेरी रास तुम मात पिता।